ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹਦੀ ਬੁੱਲਾਂ ਵਿੱਚ ਫਤਿਹ ਉਹਦੀ ਸੱਤ ਕੁੱਲਾਂ ਉੱਤੇ ਫਤਿਹ, ਜਿਹਦੀ ਜੱਗ ਉੱਤੇ ਫਤਿਹ ਉਹਦੀ ਬੁੱਲਾਂ ਜਿਹਦੀ ਰੂਹ ਵਿੱਚ ਫਤਿਹ ਉਹਦੇ ਮੂੰਹ ਵਿੱਚ ਫਤਿਹ। ਜਿਹੜਾ ਫਤਿਹ ਬੁਲਾਉਂਦਾ ਢਿੱਲੀ ਉਹਨੂੰ ਫਤਿਹ ਨਾਲ ਮਿਲਦੀ, ਜਿਹੜਾ ਫਤਿਹ ਬੁਲਾਉਂਦਾ ਗੱਜ ਕੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ ਦੋਸਤੋ, ਅੱਜ ਤੁਹਾਨੂੰ ਅਸੀਂ ਸੈਰ ਕਰਵਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਦੀ, ਨਾਰੋਵਾਲ ਦੇ ਕਰੀਬ ਕਰਤਾਰਪੁਰ ਕੋਰੀਡੋਰ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਉੱਥੇ ਦੀ ਅਸੀਂ ਤੁਹਾਨੂੰ ਮੁਕੰਮਲ ਸੈਰ ਕਰਵਾਵਾਂਗੇ, ਨਾਲੇ ਉਹਦੇ ਬਾਰੇ 'ਚ ਜਿੰਨੀ ਹੋ ਸਕੀ ਤੁਹਾਨੂੰ ਇਨਫੋਰਮੇਸ਼ਨ ਦੇ ਜੀ। ਹੁਣ ਅਸੀਂ ਪਹੁੰਚ ਗਏ ਪਾਰਕਿੰਗ 'ਤੇ, ਜਿਹੜੀ ਪਾਰਕਿੰਗ ਪਾਕਿਸਤਾਨ ਵਾਲੀ ਸਾਈਡ 'ਤੇ ਆ, ਯਾਨੀ ਕਿ ਜਿਹੜੇ ਪਾਕਿਸਤਾਨੀ ਲੋਕਲ ਨੇ ਉਹ ਜਦੋਂ ਜਾਂਦੇ ਨੇ ਉਹ ਇੱਥੇ ਆਪਣੀਆਂ ਗੱਡੀਆਂ ਖੜੀਆਂ ਕਰਦੇ ਨੇ। ਗੱਡੀਆਂ ਖੜੀਆਂ ਕਰਨ ਤੋਂ ਬਾਅਦ ਇੱਥੋਂ ਟਿਕਟ ਮਿਲਦੀ ਹੈ 200 ਰੁਪਏ ਦੀ, ਉਹ ਟਿਕਟ ਇਹ ਬੂਥ ਬਣੇ ਹੋਏ ਨੇ ਜਿੱਥੋਂ ਟਿਕਟ ਮਿਲਦੀ ਹੈ 200 ਰੁਪਏ ਦੀ, ਅਤੇ ਉਸ ਤੋਂ ਬਾਅਦ ਅੱਗੇ ਜਾਂਦੇ ਆ। ਇੱਥੇ ਇੱਕ ਬੱਸ ਆ ਜਿਸ ਬੱਸ ਦੇ ਵਿੱਚ ਬੈਠ ਕੇ ਉੱਥੇ ਯਾਤਰੀਆਂ ਨੂੰ ਲੈ ਕੇ ਜਾਇਆ ਜਾਂਦਾ। ਅਸੀਂ ਹੁਣ ਬੱਸ 'ਚ ਬੈਠ ਕੇ ਗੁਰਦੁਆਰਾ ਸਾਹਿਬ ਪਹੁੰਚਦੇ ਹਾਂ, ਅਤੇ ਉੰਨੀ ਦੇਰ ਤੱਕ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਇੱਥੇ ਜਿਹੜੀ ਕੰਸਟਰਕਸ਼ਨ ਹੋਈ ਆ ਉਸ ਤੋਂ ਪਹਿਲੇ ਦੀਆਂ ਔਰ ਉਸ ਤੋਂ ਬਾਅਦ ਆ ਗਈਆਂ। ਤੁਹਾਨੂੰ ਤੁਸੀਂ ਤਸਵੀਰਾਂ ਦੇਖੋ, ਅਸੀਂ ਉੰਨੀ ਦੇਰ ਨੂੰ ਉੱਥੇ ਪਹੁੰਚ ਜਾਂਦੇ ਹਾਂ। ਦੋਸਤੋ ਅਸੀਂ ਹੁਣ ਪਹੁੰਚ ਗਏ ਇੱਥੇ, ਅਤੇ ਇੱਥੇ ਬੂਥ ਬਣੇ ਹੋਏ ਨੇ, ਉੱਥੇ ਆਪਣਾ ਆਈ ਡੀ ਕਾਰਡ ਦਿਖਾ ਕੇ ਯਾਤਰੀਆਂ ਵਾਲਾ ਕਾਰਡ ਲੈਣਾ ਪੈਂਦਾ। ਕਾਰਡ ਲੈਣ ਤੋਂ ਬਾਅਦ ਅਸੀਂ ਹੁਣ ਅੱਗੇ ਆ ਗਏ ਹਾਂ, ਅੱਗੇ ਆ ਕੇ ਅਸੀਂ ਹੁਣ ਇੱਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰ ਹੋ ਜਾਵਾਂਗੇ, ਔਰ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਮੰਜ਼ਰ ਦਿਖਾਉਂਦੇ ਹਾਂ। ਜੀ ਦੋਸਤੋ, ਅਸੀਂ ਹੁਣ ਇੱਥੇ ਇੰਟਰ ਹੋ ਗਏ ਹਾਂ। ਇਹ ਸਾਹਮਣੇ ਇਹਦਾ ਜਿਹੜਾ ਨਕਸ਼ਾ ਬਣਾਇਆ ਹੋਇਆ ਨਾ, ਉਹ ਸਾਹਮਣੇ ਲਾਇਆ ਹੋਇਆ, ਇਹ ਸ਼ੀਸ਼ੇ ਦੇ ਵਿੱਚ ਉਹ ਨਕਸ਼ਾ ਆ, ਨਕਸ਼ੇ ਦੇ ਵਿੱਚ ਯਾਨੀ ਕਿ ਉਹਦੇ ਸਾਰਾ ਦੱਸਿਆ ਹੋਇਆ ਕਿ ਗੁਰਦੁਆਰਾ ਸਾਹਿਬ ਕਿੱਦਾਂ ਦਾ, ਅਤੇ ਆਹ ਸਾਡੇ ਪੀਰ ਮੁਰਸ਼ਦ ਨੇ ਇਹ ਤਸਵੀਰਾਂ ਵਗੈਰਾ ਬਣਾ ਰਹੇ ਨੇ, ਅਤੇ ਉਹ ਇਹਨਾਂ ਦੀ ਬੈਕ ਸਾਈਡ 'ਤੇ ਨਾ ਜੁੱਤੀਆਂ ਰੱਖਣ ਲਈ ਜਗ੍ਹਾ ਬਣਾਈ ਹੋਈ ਹੈ, ਉੱਥੇ ਜੁੱਤੀਆਂ ਜਮ੍ਹਾਂ ਕਰਵਾ ਕੇ ਅਤੇ ਅੰਦਰ ਚਾਹੀਦਾ, ਕਿਉਂਕਿ ਜੁੱਤੀਆਂ ਅੰਦਰ ਖੜਨੀਆਂ ਅਲਾਓ ਨਹੀਂ ਹੈ। ਜੀ ਦੋਸਤੋ, ਇਹ ਸਾਹਮਣੇ ਸ਼ਰਕਪੁਰ ਵਾਲਾ ਅਤੇ ਨਾਰੋਵਾਲਾ ਰੋਡ ਆ, ਇੱਥੋਂ ਅੰਦਰ ਨੂੰ ਇੰਟਰ ਹੋਈ ਤਾਂ ਅਜੇ ਜਿਹੜਾ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ, ਥੋੜ੍ਹਾ ਜ਼ੂਮ ਕਰਨਾ ਮੈਂ, ਇਹ ਦੇਖਿਓ ਇਹ ਸ਼ਰਕਪੁਰ ਵਾਲਾ ਅਤੇ ਨਾਰੋਵਾਲਾ ਰੋਡ ਆ, ਇੱਥੋਂ ਇੰਟਰ ਹੋਣਾ, ਇੰਟਰ ਅੱਗੇ ਆ ਕੇ ਇੱਥੇ ਆਪਣੀਆਂ ਨਾਲ ਇੱਥੇ ਗੱਡੀਆਂ ਵਗੈਰਾ ਖੜੀਆਂ ਕਰਨੀਆਂ, ਇਹ ਸਾਰਾ ਮੈਪ ਦੇ ਉੱਤੇ ਉਹਨਾਂ ਨੇ ਸ਼ੋਅ ਕੀਤਾ ਹੋਇਆ, ਇੱਥੇ ਗੱਡੀਆਂ ਖੜੀਆਂ ਕਰਕੇ ਫਿਰ ਅੱਗੇ ਆਉਣਾ, ਅਤੇ ਅੱਗੋਂ ਵੀ ਮੈਂ ਤੁਹਾਨੂੰ ਲਗਾਉਣਾ। ਦੇਖੋ ਅੱਗੇ ਆ ਦਰਬਾਰ ਦਾ ਨਕਸ਼ਾ ਬਣਿਆ ਹੋਇਆ, ਯਾਨੀ ਗੁਰਦੁਆਰਾ ਸਾਹਿਬ ਦਾ ਨਕਸ਼ਾ ਬਣਿਆ ਹੋਇਆ, ਅਤੇ ਉਸ ਤੋਂ ਅੱਗੇ ਆ ਦੇਖੋ ਨਾ ਕੋਰੀਡੋਰ ਵਾਲੀ ਸਾਈਡ, ਇਹ ਜਿਹੜਾ ਸੜਕ ਜਾਂਦੀ ਹੈ ਇੰਡੀਆ ਦੇ ਬਾਰਡਰ ਨਾਲ। ਵਸਦਾ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ, ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ।
people who want to come here. And at least that way there is a lot of love which will be exchanged. So thank you for taking that decision. Please continue with it. हमें यहाँ आकर बहुत बहुत अच्छा लगा और यहाँ की जो इंतजाम आता है बहुत बहुत अच्छे हैं. किसी चीज की कोई हमें दिक्कत नहीं आई. बड़ी चढ़ती कला थे महाराज जी कलगीधर पातशाह गुरु नानक पातशाह की चढ़ती कला. जिस धरती विच चिश्ती ने फैलाया हक दा कलाम नानक से नगरी नू दिता वहदत दा पैगाम. Guru Nanak ji always was a humanitarian, spoke about humanity, was thinking of well-being of each and every person he came across. The welcome of the Pakistani community is so warming. I feel like coming back to Pakistan again as soon as possible. पवित्र नगरी नानक दी धरती सोनी मां वर्गी. पवित्र नगरी नानक दी धरती सोनी मां वर्गी. बहुत प्यार मिला है और बहुत खुश हुए हैं हम और बहुत इज्जत हुई है हमारी. बस इतना बोल पाएंगे कि हम सब है भाई भाई. प्यार अवाम शांति चैन पीस ह्यूमैनिटी इन सब के बारे में सोचे. फ्यूचर के बारे में सोचे. ग्रोथ के बारे में सोचे. रब सारी मखलूक दरखदा इको जया ख्याल कहंदे ससरी अकाल या पढ़दे कलमा सारे निहाल. पवित्र नगरी नानक दी धरती सोनी मां वर्गी. पवित्र नगरी नानक दी धरती सोनी मां वर्गी. जी दोस्तों सामने है वह कुआं है जिस नाल बाबा गुरु नानक साहब अपने खेतों नूं पानी देंदे हुंदे सीगे. ते नाल ही एक मौजज़ा आया जिहड़ा कि रब दे नेक बंदियां दा हर रब दे नेक बंदे दा कोई ना कोई मौजज़ा हुंदा है. उन्हां दियां कोई करामात हुंदियां ने. इत्थे 1971 दी जंग दे विच इंडियन एयरफोर्स ने एक बंब दा गोला मारिया सीगा जिहड़ा कि इस कुएं ने अपने गोद च लै लिया सी. और नाल ही इहदी उहदी वजह तों कोई नुकसान नहीं होया ना तो गुरद्वारा साहब दा ना इस कुएं दा किसी भी चीज़ का कोई नुकसान नहीं सी होया. इह रब दे नेक बंदियां दे मौजज़े हुंदे आ. शब्द फुट बाबा नानका शब्द फुट बाबा नानका बाबा नानका बाबा नानका बाबा नानका शब्द खुट बाबा नानका शब्द खुट बाबा नानका.
शब्द खुट बाबा नानका, शब्द खुट बाबा नानका, बाबा नानका, बाबा नानका, बाबा नानका, शब्द खुट बाबा नानका, शब्द खुट बाबा नानका, खाहे खर्च तन माल। वाहेगुरु जी का खालसा, वाहेगुरु जी की फतेह। जिहदी रग विच फतेह, उहदी जग विच फतेह। ਜਿਹਦੀ ਬੁੱਲਾਂ ਉੱਤੇ ਫਤਿਹ, ਉਹਦੀ ਸੱਤ ਕੁੱਲਾਂ ਉੱਤੇ ਫਤਿਹ। ਜਿਹਦੀ ਜਿਹਦੀ ਜੱਗ ਉੱਤੇ ਫਤਿਹ, ਉਹਦੀ ਬੁੱਲਾਂ, ਜਿਹਦੀ ਰੂਹ ਵਿੱਚ ਫਤਿਹ, ਉਹਦੇ ਮੂੰਹ ਵਿੱਚ ਫਤਿਹ। ਜਿਹੜਾ ਫਤਿਹ ਬੁਲਾਉਂਦਾ ਢਿੱਲੀ, ਉਹਨੂੰ ਫਤਿਹ ਨਾ ਮਿਲਦੀ। ਜਿਹੜਾ ਫਤਿਹ ਬੁਲਾਉਂਦਾ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ, ਕਿਹੜੀ ਜਗ੍ਹਾ ਤੋਂ ਜੀ? ਪੰਜਾਬ ਆਪਾਂ ਡੇਰਾ ਬਾਬਾ ਨਾਨਕ ਤੋਂ, ਨਾਲ ਹੀ ਬਾਰਡਰ ਦੇ ਨਾਲ ਹੀ ਸਾਡਾ ਪਿੰਡ ਆ। ਅੱਛਾ ਅੱਛਾ। ਹਾਂਜੀ ਹਾਂਜੀ, ਮਤਲਬ ਕਿੰਨਾ ਟਾਈਮ ਲੱਗਦਾ ਤੁਹਾਨੂੰ ਇੱਥੇ ਆਉਂਦੇ? 15 ਮਿੰਟ ਸਿਰਫ। ਅੱਛਾ, ਸਾਡੇ ਨਾਲ ਵੀ ਥੋੜਾ 3 ਕਿਲੋਮੀਟਰ ਤੁਹਾਨੂੰ ਪੈਂਦਾ ਹੀ ਆ। ਅੱਛਾ, ਬਾਕੀ ਨਾਲ ਹੀ ਸਾਡੇ ਘਰ ਆ। ਖੁੱਲ ਕੇ ਬੋਲੋ, ਖੁੱਲ ਕੇ ਬੋਲੋ। ਨਹੀਂ ਤੇ ਉਧਰੋਂ ਤੁਸੀਂ ਪੈਦਲ ਹੀ ਆਏ ਹੋ? ਪੈਦਲ ਵੀ ਆ ਸਕਦੇ ਕੋਈ ਡਾਕਟਰ ਨਹੀਂ? ਆ ਸਕਦੇ ਈਜ਼ੀਲੀ। ਮੈਂ ਨਨਕਾਣਾ ਸਾਹਿਬ ਤੋਂ। ਹਾਂਜੀ ਹਾਂਜੀ, ਨਹੀਂ ਬੜੀ ਖੁਸ਼ੀ ਹੋਈ ਤੁਹਾਨੂੰ ਦਰਸ਼ਨ ਕਰ, ਤੁਹਾਡੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ। ਅੱਛਾ ਜੀ। ਹਾਂਜੀ ਹਾਂਜੀ, ਅਸੀਂ ਨਨਕਾਣਾ ਸਾਹਿਬ ਤੇ। ਤੁਸੀਂ ਕਿੰਨੀ ਦਫਾ ਆ ਚੁੱਕੇ ਜੀ? ਮੈਂ ਪਹਿਲੀ ਦਫਾ ਆਇਆ ਜੀ। ਅੱਛਾ, ਹਾਂਜੀ। ਆਪਣਾ ਨਾਮ ਦੱਸੋ। ਮੇਰਾ ਨਾਮ ਸੁਖਪ੍ਰੀਤ ਸਿੰਘ ਖਾਲਸਾ ਜੀ। ਅੱਛਾ ਅੱਛਾ, ਤੁਸੀਂ ਕੀ ਜੋਬ ਕਰਦੇ ਇੰਡੀਆ 'ਚ? ਮੈਂ ਬਿਜਲੀ ਬੋਰਡ 'ਚ ਆ ਜੀ।
ਅੱਛਾ ਅੱਛਾ ਹਾਂਜੀ ਗਵਰਨਮੈਂਟ ਜੋਬ ਚਲੋ ਬੜੀ ਮਿਹਰਬਾਨੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਸਰਕਾਰ ਗਏ ਹਾਂਜੀ ਨਨਕਾਣਾ ਸਾਹਿਬ ਗਏ ਨਨਕਾਣਾ ਨਹੀਂ ਨਹੀਂ ਚਲੋ ਕਿਤੇ ਨਾ ਜੋ ਗੁਰੂ ਨਾਨਕ ਪਾਤਸ਼ਾਹ ਸੱਦਣ ਕਿਤੇ ਜ਼ਰੂਰ ਆਵਾਂਗੇ ਜ਼ਰੂਰ ਆਵਾਂਗੇ ਇਧਰੋਂ ਹੀ ਆ ਕੇ ਉਧਰੋਂ ਨਿਕਲ ਬੜੀ ਖੁਸ਼ੀ ਹੋਈ ਇੱਥੇ ਆਣ ਕੇ ਜਾ ਨਹੀਂ ਸਕਦੇ ਤੁਹਾਡੇ ਨਾਲ ਇੱਥੋਂ ਨਹੀਂ ਨਾ ਜਾ ਸਕਦੇ ਚਲੋ ਵੀ ਆ ਮੰਗਦੇ ਆਡੇ ਵਾਲੇ ਤੋਂ ਵੀ ਕਮੀ ਨਹੀਂ ਹਾਂਜੀ ਇੰਡੀਆ ਤੋਂ ਆਏ ਹੋਰ ਜਨਾ ਹਾਂਜੀ ਇੰਡੀਆ ਤੋਂ ਤੁਸੀਂ ਇੰਡੀਆ ਤੋਂ ਹਾਂਜੀ ਵਾਹ ਵਾਹ ਉਹ ਕਿੱਧਰੋਂ ਆਏ ਹੋ ਤੁਸੀਂ ਇੱਧਰੋਂ ਹੀ ਮਕਸਦ ਪੂਰਾ ਹੋ ਜਾਂਦਾ ਜੀ ਬਸ ਇੱਥੇ ਤੱਕ ਦਾ ਬਾਕੀ ਉਹ ਫਿਰ ਵੀਜ਼ਾ ਅਟਾਰੀ ਤੁਸੀਂ ਲੱਗੇ ਤੇ ਤੁਹਾਨੂੰ ਕਿੰਨੀ ਦੇਰ ਲੱਗਦੀ ਇੱਥੋਂ 15 ਮਿੰਟ ਵਾਹ ਕਿੱਥੋਂ ਪਰ ਡੇਰਾ ਬਾਬਾ ਨਾਲ ਹੀ ਘਰ ਆ ਬਹੁਤ ਸਾਰੀਆਂ ਇਲਮਸ ਨੇ ਮੈਂ ਰੱਬ ਨੂੰ ਬੇਦਲੀਲਾ ਚਾਹੁੰਦਾ ਮੇਰੀ ਜਬਾਨ ਚ ਇਹਨਾਂ ਰਾਸਤਾ ਨੀ ਤੇਰੀ ਇਹ ਗੱਲ ਖਾ ਗਈ ਯਾਰ ਕੋਈ ਟੈਲੀਫੋਨ ਤੇ ਰਾਬਤਾ ਰੋ ਤਾਂ ਬੰਦਾ ਹੈਲੋ ਹਾਏ ਕੋਈ ਬੰਦਾ ਕਰਦਾ ਰਹਿੰਦਾ ਜਿੱਦਾਂ ਕਿ ਫਿਲਮਾਂ ਚ ਦੇਖਿਆ ਜਾਂਦਾ ਆ ਉਹ ਐਮ ਬੜਾ ਗਲਤ ਇਮੇਜ ਪੇਸ਼ ਕਰਦੇ ਬੜਾ ਡਰਾਉਂਦੇ ਆ ਪੱਤਰਕਾਰ ਅਸੀਂ ਤੇ ਆਪ ਇਹ ਚੀਜ਼ ਨੂੰ ਨਹੀਂ ਪਸੰਦ ਕਰਦੇ ਨਹੀਂ ਨਹੀਂ ਅਸੀਂ ਮਿਸਾਲ ਦੇ ਤੌਰ ਤੇ ਵੈਸੇ ਪਾਕਿਸਤਾਨੀ ਨਾਲ ਕੈਸਾ ਸਲੋਕ ਕੀਤਾ ਜਾਂਦਾ ਪਰ ਜਿੰਨਾ ਅਸੀਂ ਸੋਚਿਆ ਉਹ ਤੋਂ ਬਹੁਤ ਹੀ ਜ਼ਿਆਦਾ ਚੰਗਾ ਢੰਡਾ ਸਾਨੂੰ ਪਿਆਰ ਮਿਲਿਆ ਮਤਲਬ ਇੰਨਾ ਸਤਿਕਾਰ ਮਿਲਿਆ ਬਹੁਤ ਜ਼ਿਆਦਾ ਸਤਿਕਾਰ ਮਤਲਬ ਹੁਣ ਪਾਕਿਸਤਾਨ ਸਾਡੇ ਦਿਲ ਚ ਵੱਸਦੇ ਆ ਬੜੀ ਮਿਹਰਬਾਨੀ ਤੁਸੀਂ ਵੀ ਸਾਡੇ ਦਿਲ ਚ ਵੱਸਦੇ ਸਵਾਲ ਨਹੀਂ ਤੇ ਮਤਲਬ ਇਹ ਵੀ ਉਧਰ ਪਾਕਿਸਤਾਨੀਆਂ ਨਾਲ ਕੈਸਾ ਵਰਤਾ ਯਾਨੀ ਕਿ ਬਹੁਤ ਵਧੀਆ ਹੁਣ ਉਧਰ ਵੀ ਹਾਂ ਆਪਾਂ ਜੂੰਦੇ ਵੇਖਣ ਦੇ ਆ ਮਤਲਬ ਬੜੇ ਵਧੀਆ ਨਹੀਂ ਨਹੀਂ ਹੁਣ ਪਾਕਿਸਤਾਨੀ ਕੋਈ ਇੰਡੀਆ ਚ ਜਾਂਦਾ ਉਧਰ ਆਪਣੇ ਡੀਐਸਪੀ ਵੀ ਲੱਗੇ ਆ ਜੀ ਜੀ ਮਤਲਬ ਪੁਲਿਸ ਦੇ ਵਿੱਚ ਜੀ ਬਹੁਤ ਚੰਗੀਆਂ ਜੋਬ ਨਹੀਂ ਨਹੀਂ ਉਹ ਤੇ ਉਧਰ ਦੇ ਲੋਕਲ ਲੱਗੇ ਨੇ ਨਾ ਅਗਰ ਅਸੀਂ ਜਿੱਦਾਂ ਹੁਣ ਅਸੀਂ ਆਉਨੇ ਆ ਉੱਥੇ ਪਾਕਿਸਤਾਨੀ ਵੀ ਉਧਰ ਜਾਏ ਹਾਂ ਹਾਂ ਬਹੁਤ ਵਧੀਆ ਮਤਲਬ ਉਹਨੂੰ ਰਿਸੀਵ ਕਰਦੇ ਹੁਣ ਕੋਈ ਇਹੋ ਜੀ ਗੱਲ ਨਹੀਂ ਹੈ ਬੜਾ ਵਧੀਆ ਸਤਿਕਾਰ ਹੈ ਉਧਰ ਸਾਡੇ ਵੀ ਅੱਛਾ ਅੱਛਾ ਮਤਲਬ ਉਹ ਇਹੋ ਜਿਹਾ ਮਤਲਬ ਇੱਕ ਨਾ ਆਪਾਂ ਨੂੰ ਮੀਡੀਆ ਭੜਕਾ ਰਿਹਾ ਬਾਕੀ ਇਹੋ ਜੀ ਕੋਈ ਗੱਲ ਬੰਦਾ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ ਬਿਲਕੁਲ ਮਿਲਾ ਵਰਤਾਂਗੇ ਤਾਂ ਫਿਰ ਪਤਾ ਲੱਗੂ ਏਦਾਂ ਪਿੱਠ ਪਿੱਛੇ ਜਿਹਨੂੰ ਮਰਜ਼ੀ ਜੋ ਮਰਜ਼ੀ ਕਹੀ ਸਹੀ ਨਹੀਂ ਹੁਣ ਰੜਨਾ ਮਿਲਿਆ ਵਧੀਆ ਲੱਗਾ ਉਧਰ ਦੱਸਣਾ ਪੈਂਦਾ ਜਿਸ ਜ਼ਿਲ੍ਹੇ ਚ ਜਾਣਾ ਹੋਏ ਜਿਹੜੇ ਏਰੀਆ ਚ ਜਾਣਾ ਕਿਹੜਾ ਜ਼ਿਲ੍ਹਾ ਲੱਗ ਰਿਹਾ ਨਾਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਨਾਲ ਹੀ ਅੰਮ੍ਰਿਤਸਰ ਆਪਣੇ ਤੋਂ 50 ਕਿਲੋਮੀਟਰ ਆ ਮੇਰੀ ਵਾਈਫ ਜੋਬ ਕਰਦੀ ਹੈ ਅੰਮ੍ਰਿਤਸਰ ਹੀ ਜਾਂਦੀ ਆ ਸਾਡੇ ਵੱਡੇ ਅੰਮ੍ਰਿਤਸਰੀ ਹੈ ਮਾਸ਼ਾਅੱਲਾ ਯਾਨੀ ਸਾਡੇ ਵੱਡੇ ਅੰਮ੍ਰਿਤਸਰੀ ਹੈ ਸਾਡੇ ਉੱਥੇ ਦਰਬਾਰ ਵੀ ਨੇ ਵੱਡਿਆਂ ਦੇ ਅਸੀਂ ਖੁਦ ਅੰਮ੍ਰਿਤਸਰੀ ਚਲੋ ਠੀਕ ਹੈ ਜੀ ਠੀਕ ਹੈ ਜੀ ਗਲਤੀ ਮਾਫੀ ਕੋਈ ਮਸਲਾ ਨਹੀਂ ਜਿੰਦੇ ਰਹੋ ਜਿੰਦੇ ਰਹੋ ਸ਼ੇਰ ਸਨਮਾਨ ਜੀ ਸਾਡੇ ਸਾਹਿਬ ਜੀ ਆ ਸਾਨੂੰ ਸਵਾਦ ਹੀ ਬੜਾ ਆਇਆ ਤੁਹਾਡੇ ਨਾਲ ਬੜਾ ਤੁਹਾਨੂੰ ਹੁਣ ਤੁਸੀਂ ਟਾਈਮ ਹੀ ਕਲੀਲ ਦੇਣ ਦੇ ਉਹਨੇ ਤੇ ਸਾਡਾ ਰੂ ਕਰਦੇ ਰਹੇ ਰਸ ਭਰੀਆਂ ਮਿੱਠੀਆਂ ਗੱਲਾਂ ਕਰਦੇ ਤੁਹਾਨੂੰ ਵੀ ਸਵਾਲ ਆਉਂਦਾ ਕਿਉਂ ਸਰਦਾਰ ਜੀ ਕੋਈ ਸਾਡੇ ਲੈ ਕੇ ਖਿਦਮਤ ਹੈ ਦੱਸੋ ਕੋਈ ਗੱਲ ਨਹੀਂ ਖਿਦਮਤ ਸੇਵਾ ਸੁਆ ਬਹੁਤ ਜ਼ਿਆਦਾ ਦਰਸ਼ਨ ਤੁਸੀਂ ਬੜਾ ਵਧੀਆ ਬਣਾਤਾ ਜੀ ਬਾਬਾ ਨਾਨਕਾ
ਜੀ ਇਹ ਭਾਈ ਅਜੀਤਾ ਜੀ ਜੀ ਬਾਜ਼ਾਰ ਆ ਔਰ ਇੱਥੋਂ ਖਾਣ ਪੀਣ ਦੀਆਂ ਚੀਜ਼ਾਂ ਮੁਖਤਲਿਫ ਹੋਰ ਵੀ ਚੀਜ਼ਾਂ ਕਾਫੀ ਸਾਰੀਆਂ ਮਿਲਦੀਆਂ ਨੇ ਤੁਹਾਨੂੰ ਵੀ ਬਾਜ਼ਾਰ ਦਿਖਾਉਂਦੇ ਹਾਂ ਅਤੇ ਫਿਰ ਚੱਲਦੇ ਹਾਂ ਵਾਪਸ